ਅਤੇ ਜਰਾ ਤਮਾਰ ਦੀ ਕੁੱਖੋਂ ਜੰਮੇ ਅਤੇ ਤਮਾ ਅਤੇ ਫਰਸ਼ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ ਅਤੇ ਰਾਮ ਤੋਂ ਅਮੀਨਾਦਾਬ ਜੰਮਿਆ ਅਤੇ ਅਮੀਨਾਦਾਬ ਤੋਂ ਨਹਿਸੋਨ ਜੰਮਿਆ ਅਤੇ ਨਹਿਸੋਨ ਤੋਂ ਸਲਮੋਨ ਜੰਮਿਆ ਅਤੇ ਸਲਮੋਨ ਤੋਂ ਬੋਆਸ ਰਹਾਬ ਦੀ ਕੁੱਖੋਂ ਜੰਮਿਆ ਅਤੇ ਬੋਆਸ ਤੋਂ ਉਬੇਦ ਰੂਦ ਦੀ ਕੁੱਖੋਂ ਜੰਮਿਆ ਅਤੇ ਉਬੇਦ ਤੋਂ ਯਸੀ ਜੰਮਿਆ ਅਤੇ ਯਸੀ ਤੋਂ ਦਾਊਦ ਪਾਤਸ਼ਾਹ ਜੰਮਿਆ ਅਤੇ ਦਾਊਦ ਪਾਤਸ਼ਾਹ ਤੋਂ ਸੁਲੇਮਾਨ ਊਰੀਆ ਦੀ ਤੀਵੀਂ ਦੇ ਕੁੱਖੋਂ ਜੰਮਿਆ ਅਤੇ ਸੁਲੇਮਾਨ ਤੋਂ ਰਹਬੂਆਮ ਜੰਮਿਆ ਅਤੇ ਰਹਬੂਆਮ ਤੋਂ ਅਬੀਆ ਜੰਮਿਆ ਅਤੇ ਅਬੀਆ ਤੋਂ ਆਸ਼ਾ ਜੰਮਿਆ ਅਤੇ ਆਸ਼ਾ ਤੋਂ ਯੋਸ਼ਾਫਾਟ ਜੰਮਿਆ ਅਤੇ ਯੋਸ਼ਾਫਾਟ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉਜੀਆ ਜੰਮਿਆ ਅਤੇ ਉਜੀਆ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਅਹਾਜ ਜੰਮਿਆ ਅਤੇ ਅਹਾਜ ਤੋਂ ਹਿਜਕੀਆ ਜੰਮਿਆ ਅਤੇ ਹਿਜਕੀਆ ਤੋਂ ਮਨਸਾ ਜੰਮਿਆ ਅਤੇ ਮਨਸਾ ਤੋਂ ਅਮੋਨ ਜੰਮਿਆ ਅਤੇ ਅਮੋਨ ਤੋਂ ਯੋਸ਼ੀਆ ਜੰਮਿਆ ਅਤੇ ਯੋਸ਼ੀਆ ਤੋਂ ਯਕਾਨਿਆ ਅਤੇ ਉਸਦੇ ਭਰਾ ਬਾਬਲ ਨੂੰ ਉੱਠ ਜਾਣ ਦੇ ਸਮੇਂ ਜੰਮੇ ਬਾਬਲ ਨੂੰ ਉੱਠ ਜਾਣ ਦੇ ਸਮੇਂ ਤੋਂ ਪਿੱਛੋਂ ਯਕਾਨਿਆ ਤੋਂ ਸਲਤੀਏਲ ਜੰਮਿਆ ਅਤੇ ਸਲਤੀਏਲ ਤੋਂ ਜ਼ਰੂਬਾਬਲ ਜੰਮਿਆ ਅਤੇ ਜ਼ਰੂਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਿਆਕੀਮ ਜੰਮਿਆ ਅਤੇ ਅਲਿਆਕੀਮ ਤੋਂ ਅਜੋਰ ਜੰਮਿਆ ਅਤੇ ਅਜੋਰ ਤੋਂ ਸਦੋਕ ਜੰਮਿਆ ਅਤੇ ਸਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ ਅਤੇ ਅਲੀਹੂਦ ਤੋਂ ਅਤੇ ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮਥਾਨ ਜੰਮਿਆ ਅਤੇ ਮਥਾਨ ਤੋਂ ਯਕੂਬ ਜੰਮਿਆ ਅਤੇ ਯਕੂਬ ਤੋਂ ਯੂਸਫ ਜੰਮਿਆ ਅਤੇ ਯੂਸਫ ਤੋਂ ਯੂਸਫ ਜਿਹੜਾ ਉਸ ਮਰੀਅਮ ਦਾ ਪਤੀ ਸੀ ਜਿਸ ਦੀ ਕੁੱਖੋਂ ਯੇਸ਼ੂ ਜੰਮਿਆ ਜੋ ਮਸੀਹ ਕਹਿਲਾਉਂਦਾ ਹੈ ਸੋ ਅਬਰਾਹਮ ਤੋਂ ਲੈ ਕੇ ਦਾਊਦ ਦੀ ਸਾਰੀ 14 ਪੀੜ੍ਹੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬਲ ਉੱਠ ਜਾਣ ਦੀ 14 ਪੀੜ੍ਹੀਆਂ ਹਨ ਅਤੇ ਬਾਬਲ ਉੱਠ ਜਾਣ ਤੋਂ ਲੈ ਕੇ ਮਸੀਹ ਦੀ 14 ਪੀੜ੍ਹੀਆਂ ਹਨ ਸਾਰਿਆਂ ਜਨਮ ਸੀ ਆਮੀਨ।
ਐਲਨ ਜੈਂਟ ਸੀ। ਮੈਂ ਦੂਸਰਾ ਇਤਿਹਾਸ 15 ਦੀ ਪਹਿਲੀ ਤੋਂ ਅੱਜ ਤੱਕ ਪੜ੍ਹਨ ਜਾ ਰਹੀ ਹਾਂ। ਪੂਰ ਸਾਵਣ ਦੀ ਵਨ ਆਈ।
हरियाली घास में बिठाता है, परंतु हमको कोई कठिनाई नहीं होगी।